बुद्धि जिदी समानी जड़ी हुंदी। कई बार प्रत्या के देखिया मैं बंदा बुद्धू या परमाया बड़ी हुंदी। कुंडली बार्डर ते उन्हां नूं नीद किथे कुंडी जिन्हां दी मोदी नाल अड़ी हुंदी। देश मारू काले कानून रद्द करो, मोदी सरकार मर्दाबाद, खेती मारो काले कानून रद्द करो, देश मारू काले कानून रद्द करो, किसान मजदूर एकता जिंदाबाद, देश मारू काले कानून रद्द करो। सुखजिंदर जी, जानकारी दिओ, तुसीं मोगा दे विच विशाल ट्रैक्टर मार्च कीता गया, की कारण है? ਜਿਵੇਂ ਕਿ ਆਪਾਂ ਜਾਣਦੇ ਹਾਂ ਪਿਛਲੇ ਲਗਭਗ 3.5 ਮਹੀਨਿਆਂ ਤੋਂ ਖੇਤੀ ਮਾਰੂ ਕਾਲੇ ਕਾਨੂੰਨਾਂ ਖਿਲਾਫ ਅੰਦੋਲਨ ਚੱਲ ਰਿਹਾ। 26 ਜਨਵਰੀ ਨੂੰ ਇਸ ਅੰਦੋਲਨ ਦਾ ਸੱਦਾ ਹੈ ਕਿ ਦਿੱਲੀ ਦੇ ਵਿੱਚ ਕਿਸਾਨ ਪਰੇਡ ਕਰਨੀ ਹੈ। ਉਸ ਕਿਸਾਨ ਪਰੇਡ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਅੱਜ ਮੋਗੇ ਸ਼ਹਿਰ ਦੇ ਵਿੱਚ ਵਿਲੱਖਣ ਟਰੈਕਟਰ ਮਾਰਚ ਕੀਤਾ ਗਿਆ, ਜਿਹਦੇ ਵਿੱਚ ਅਸੀਂ ਝਾਕੀਆਂ ਦੇ ਰਾਹੀਂ ਇੱਕ ਤਰ੍ਹਾਂ ਦੀ ਪਰੇਡ ਕੀਤੀ ਆ। ਇਹਨਾਂ ਝਾਕੀਆਂ ਦੇ ਵਿੱਚ ਦਰਸਾਇਆ ਗਿਆ ਕਿ ਸਾਡੇ ਪੰਜਾਬ ਦਾ ਵਿਰਸਾ, ਇੱਥੇ ਖੇਤੀ ਦੇ ਅੰਦੋਲਨ ਜਿਹੜੇ ਲੜੇ ਗਏ ਆ, ਜਿਨ੍ਹਾਂ ਨੇ ਸਰਕਾਰਾਂ ਦੀਆਂ ਗੋਡਨੀਆਂ ਲਵਾਈਆਂ, ਇਹੋ ਜਿਹੇ ਅੰਦੋਲਨ ਆ ਪੰਜਾਬ ਦੇ ਯੋਧਿਆਂ ਨੇ ਇਸ ਧਰਤੀ ਤੇ ਲੜੇ ਆ। ਇਸੇ ਧਰਤੀ ਦੇ ਉੱਤੇ ਜਦੋਂ ਸਰਕਾਰ ਹਮਲੇ ਕਰ ਰਹੀ ਆ ਤੇ ਅੱਜ ਦਾ ਟਰੈਕਟਰ ਮਾਰਚ ਇਹ ਦੱਸ ਰਿਹਾ ਕਿ ਸਰਕਾਰ ਜਿੰਨਾ ਇਸ ਨੂੰ ਗੱਲਬਾਤ ਰਾਹੀਂ ਲਮਕਾਉਣ ਦੀ ਕੋਸ਼ਿਸ਼ ਕਰੇਗੀ, ਆਉਣ ਵਾਲੇ ਸਮੇਂ 'ਚ ਇਹ ਅੰਦੋਲਨ ਆ ਹੋਰ ਵਿਸ਼ਾਲ ਰੂਪ ਦੇ ਵਿੱਚ ਫੈਲਦਾ ਜਾਏਗਾ। ਇੱਕ ਪਾਸੇ ਸਰਕਾਰ ਵੱਲੋਂ 9 ਮੀਟਿੰਗਾਂ ਕਿਸਾਨਾਂ ਨਾਲ ਕੀਤੀਆਂ ਗਈਆਂ, ਉਹਨਾਂ ਨੂੰ 10ਵੀਂ ਦਾ ਵੀ ਉਹਨਾਂ ਨੇ ਸੱਦਾ ਦਿੱਤਾ ਗਿਆ, ਕੀ ਲਾ ਤੁਹਾਨੂੰ ਇਹਦੇ ਵਿੱਚ ਕੀ ਰਿਜ਼ਲਟ ਨਿਕਲੇਗਾ? ਆਉਣ ਵਾਲੀਆਂ ਮੀਟਿੰਗਾਂ ਦੇ ਵਿੱਚ ਅਸੀਂ ਆਸ ਕਰਦੇ ਹਾਂ, ਕਿਉਂਕਿ ਜਿੰਨਾ ਸਰਕਾਰ ਉਹ ਕੋਸ਼ਿਸ਼ ਕਰ ਰਹੀ ਹੈ ਕਿ ਸ਼ਾਇਦ ਇਹਨੂੰ ਲਮਕਾ ਕੇ ਇਸ ਅੰਦੋਲਨ ਦੇ ਵਿੱਚ ਫੁੱਟ ਪਾਈ ਜਾ ਸਕੇ, ਪਰ 3.5 ਮਹੀਨਿਆਂ ਦੇ ਅੰਦੋਲਨ ਨੇ ਦੱਸਤਾ ਕਿ ਇਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਇਕਜੁੱਟ ਹੋ ਗਏ ਆ, ਸਾਰੀਆਂ ਬੋਲੀਆਂ ਦੇ ਲੋਕ ਇਕਜੁੱਟ ਹੋ ਗਏ ਆ, ਔਰ ਜਿਹੜੇ ਇਸ ਅੰਦੋਲਨ 'ਚ ਫੁੱਟ ਪਾਉਣਾ ਚਾਹੁੰਦੇ ਸੀ, ਕੋਈ ਚਾਹੇ ਧਰਮ ਦੇ ਨਾਂ ਤੇ, ਚਾਹੇ ਕੋਈ ਜਾਤ ਦੇ ਨਾਂ ਤੇ, ਬੋਲੀ ਦੇ ਨਾਂ ਤੇ, ਲੋਕਾਂ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਸਰਕਾਰ ਇਹ ਸਮਝਦੀ ਆ ਕਿ ਸ਼ਾਇਦ ਟਾਲ ਮਟੋਲ ਕਰਕੇ ਅੰਦੋਲਨ ਕਮਜ਼ੋਰ ਹੋ ਜਾਏਗਾ, ਤੇ ਉਹਦਾ ਇਹ ਭੁਲੇਖਾ, ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਡੀ ਪੱਧਰ ਤੇ ਅੰਦੋਲਨ ਹੋਰ ਫੈਲੇਗਾ, ਜਿਵੇਂ ਦੁਨੀਆਂ 'ਚ ਫੈਲਿਆ, ਪਿੰਡਾਂ ਦੇ ਵਿੱਚ ਰੋਹ ਆ ਜਿਹੜਾ ਹੋਰ ਵੱਧਦਾ ਜਾ ਰਿਹਾ। ਜਿਸ ਤਰ੍ਹਾਂ ਕਿ ਦਿੱਲੀ ਵਿੱਚ ਸਿਕਿਉਰਿਟੀ ਪਹਿਲਾਂ ਨਾਲੋਂ ਡਬਲ ਤਿਕਣਾ ਕਰ ਦਿੱਤੀ ਗਈ ਹੈ, ਕਿਸਾਨ ਆਪਣੇ ਰੈਲੀ ਕਰਨ ਦੇ ਸਫਲ ਰਹਿਣਗੇ ਕਿ ਨਹੀਂ? ਕਿਸਾਨ ਅੱਜ ਦੀ ਜਿਹੜੀ ਇੱਥੇ ਅਸੀਂ ਮੋਗੇ ਦੇ ਵਿੱਚ ਟਰੈਕਟਰ ਮਾਰਚ ਕੀਤਾ, ਇਹ ਟਰੈਕਟਰ ਮਾਰਚ ਨੇ ਪੂਰੀ ਦੁਨੀਆਂ ਦੇ ਵਿੱਚ ਸੁਨੇਹਾ ਦਿੱਤਾ। ਸਰਕਾਰ ਨੇ ਆਪਣੇ ਤੌਰ ਤੇ ਪ੍ਰਬੰਧ ਕਰਨੇ ਹੁੰਦੇ ਆ, ਪਰ ਇਸ ਦੇਸ਼ ਦੀ ਪੁਲਿਸ, ਇਸ ਦੇਸ਼ ਦੀ ਜਿਹੜੀ ਫੌਜ ਆ, ਉਹ ਫੌਜ ਆਮ ਲੋਕਾਂ ਦੇ ਧੀਆਂ ਪੁੱਤ ਆ, ਉਹ ਕਿਸੇ ਮੰਤਰੀ ਦਾ, ਕਿਸੇ ਮੋਦੀ ਦਾ ਰਿਸ਼ਤੇਦਾਰ ਨਹੀਂ ਉਸ ਫੌਜ ਦੇ ਵਿੱਚ। ਸੋ ਇਸ ਕਰਕੇ ਜਿਹੜੇ ਖੇਤੀ ਦਾ ਅੰਦੋਲਨ ਕਰ ਰਹੇ, ਜਿਹੜੇ ਅੰਨ ਪੈਦਾ ਕਰਦੇ ਆ ਤੇ ਬਾਰਡਰਾਂ ਤੇ ਜਾ ਕੇ ਵੀ ਉਹਨਾਂ ਦੇ ਪੁੱਤ ਆ ਸ਼ਹਾਦਤਾਂ ਪਾਉਂਦੇ ਆ, ਉਹੀ ਛਾਤੀਆਂ ਅੱਗੇ ਕਰਕੇ ਖੜਦੇ ਆ। ਸੋ ਇਸ ਕਰਕੇ ਇਸ ਟਾਈਮ ਜੇ ਕਹਿਣਾ ਹੋਵੇ, ਪੂਰੀ ਦੀ ਪੂਰੀ ਦੇਸ਼ ਦੀ ਫੌਜ ਆ, ਉਹ ਵੀ ਇਸ ਅੰਦੋਲਨ ਦੇ ਸਮਰਥਨ ਚ। ਕੀ ਨਾਮ ਜੀ ਤੁਹਾਡਾ? ਪ੍ਰਗਟ ਸਿੰਘ, ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਪਿੰਡ ਸਾਪੂ ਵਾਲਾ। ਪ੍ਰਗਟ ਸਿੰਘ ਜੀ, ਅੱਜ ਮੋਗਾ ਦੇ ਵਿੱਚ ਵਿਸ਼ਾਲ ਟਰੈਕਟਰ ਮਾਰਚ ਕੀਤਾ ਗਿਆ, ਕੀ ਕਾਰਨ ਹੈ ਇਹਦਾ? ਇਹਦਾ ਕਾਰਨ ਇਹ ਹੈ ਜੀ, ਜਿਹੜੇ ਕਾਲੇ ਕਾਨੂੰਨ ਮੋਦੀ ਨੇ ਸਾਡੇ ਤੇ ਲਾਗੂ ਕੀਤੇ ਆ, ਉਹ ਕੱਲੀ ਉਹਦੇ ਨਾਲ ਕਿਸਾਨੀ ਨਹੀਂ ਮਰਨੀ ਹੈਗੀ, ਉਹਦੇ ਨਾਲ ਸਾਡਾ ਬਾਜ਼ਾਰ ਵੀ ਮਰਨਾ। ਜਿਹੜਾ ਬਾਜ਼ਾਰ ਹੈ ਉਹ ਕਿਸਾਨੀ ਤੇ ਨਿਰਭਰ ਆ ਜਿੰਨਾ, ਕਿਉਂਕਿ ਜਿਹੜੀ ਚੈਨ ਹੈ ਉਹ ਕਿਸਾਨੀ ਤੋਂ ਸ਼ੁਰੂ ਹੋ ਕੇ ਸਾਰੀ ਦੀ ਸਾਰੀ ਚੈਨ, ਉਹ ਖਰੀਦਦਾਰ, ਵੇਚਣ ਵਾਲੇ, ਜਿੰਨੇ ਦੁਕਾਨਦਾਰ ਆ, ਜੋ ਸਿਸਟਮ ਥੱਲੇ ਤੋਂ ਲੈ ਕੇ ਉੱਪਰ ਤੱਕ, ਉਹ ਕਿਸਾਨੀ ਨਾਲ ਜੁੜਿਆ, ਖੇਤੀ ਨਾਲ ਜੁੜਿਆ, ਇਸ ਕਰਕੇ ਉਹ ਸਾਰੇ ਦਾ ਸਾਰਾ ਕਾਰੋਬਾਰ ਖਤਮ ਹੁੰਦਾ। ਕੀ ਨਾਮ ਜੀ ਤੁਹਾਡਾ? ਸੁਧੀਰ ਕੁਮਾਰ। ਸੁਧੀਰ ਜੀ, ਜਾਣਕਾਰੀ ਦਾ ਜੀ, ਕਿਸਾਨਾਂ ਵੱਲੋਂ ਸ਼ਹਿਰ ਦੇ ਵਿੱਚ ਰੋਸ ਮਾਰਚ ਟਰੈਕਟਰ ਰਾਹੀਂ ਕੱਢਿਆ ਗਿਆ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਅਸੀਂ ਪਹਿਲੀ ਗੱਲ ਤਾਂ ਇਹ ਆਇਆ ਵੀ ਜਿਹੜਾ ਇਹਨਾਂ ਨੇ ਇੱਕ ਮਾਰਚ ਕੀਤਾ ਹੈਗਾ, ਅਸੀਂ ਉਹਦਾ ਦਿਲੋਂ ਸਵਾਗਤ ਕਰਦੇ ਹੈਗੇ ਆ, ਤੇ ਇਹਨਾਂ ਨੇ ਜਿਹੜਾ ਕੀਤਾ ਮਾਰਚ ਬਹੁਤ ਅੱਛੇ ਢੰਗ ਨਾਲ ਕੀਤਾ ਹੈਗਾ, ਤੇ ਅਸੀਂ ਇਹਦਾ ਸਮਰਥਨ ਕਰਦੇ ਆ। ਮੋਦੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਖੇਤੀ ਬਿੱਲਾਂ ਬਾਰੇ, ਕਿਉਂਕਿ ਸਾਰਾ ਕੰਮ ਕਾਜ ਠਾਪਾ? ਅਸੀਂ ਮੋਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹੈਗੇ ਆ ਵੀ ਇਹਦਾ ਜਿਹੜਾ ਫੈਸਲਾ ਹੈਗਾ ਬਹੁਤ ਜਲਦ ਤੋਂ ਜਲਦ ਲਿੱਤਾ ਜਾਵੇ, ਕਿਉਂਕਿ ਇੱਕ ਤਾਂ ਪੰਜਾਬ ਦਾ ਸਾਰਾ ਜ਼ਿਮੀਦਾਰ ਤੇ ਡਿਪੈਂਡ ਕਰਦਾ ਹੈਗਾ ਬਿਜ਼ਨਸ ਤੇ, ਜੇ ਇਹ ਨਹੀਂ ਹੱਲ ਹੁੰਦਾ ਤਾਂ ਦੁਕਾਨਦਾਰ ਬੜੇ ਨੁਕਸਾਨ ਚ ਜਾ ਰਹੇ ਆ, ਤੇ ਇਹਦੇ ਚ ਆਖਰ ਇਹ ਕੀ ਹੋਏਗਾ ਵੀ ਦੁਕਾਨਦਾਰ ਵਿਹਲੇ ਹੋਏ ਬੈਠੇ ਹੈਗੇ ਆ,
ਇਹ ਖੁਦਕਸ਼ੀਆਂ ਕਰਨ ਲੱਗ ਜਾਣਗੇ ਕਿਉਂਕਿ ਉਹਨਾਂ ਦੇ ਖਰਚੇ ਨਹੀਂ ਨਿਕਲੇ, ਬਿਜਲੀ ਦੇ ਬਿੱਲ ਬਹੁਤ ਜ਼ਿਆਦਾ ਆ ਰਹੇ ਆ, ਸੇਲ ਟੈਕਸ ਦੀਆਂ ਮਾਰਾਂ ਪੈ ਰਹੀਆਂ ਹੈਗੀਆਂ, ਦੁਕਾਨ ਦੇ ਜਿਹੜੇ ਖਰਚੇ ਹੈਗੇ ਆ, ਤਨਖਾਹਾਂ ਦਿੱਤੀਆਂ ਨਹੀਂ ਜਾ ਰਹੀਆਂ, ਸੈਲਰੀਆਂ ਜਿਹੜੀਆਂ ਕੰਮ ਕਰਨ ਵਾਲੇ ਮਜ਼ਦੂਰ ਹੈਗੇ ਉਹਨਾਂ ਕੋਲੇ, ਇਸ ਕਰਕੇ ਇਹਨੂੰ ਬਹੁਤ ਜਲਦੀ ਹੱਲ ਕਰਨ।